ਅਸੀਂ ਇਸ ਪ੍ਰੋਗਰਾਮ ਨੂੰ ਹੁਣ ਸਟੂਡੀਓ ਤੇ ਆਡੀਅנס ਤੋਂ ਇਜਾਜ਼ਤ ਨਾਲ ਸ਼ੁਰੂ ਕਰਾਂਗੇ ਤੇ ਹਿਮੰਤ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਸਾਡੀ ਪੁਲਿਸ ਦਾ ਓਵਰਆਲ ਇੰਡੀਆ ਦਾ ਐਂਡ ਦੈਨ ਚੰਡੀਗੜ੍ਹ ਦਾ ਤੁਹਾਡੇ ਸਾਹਮਣੇ ਕੀ ਸਰੂਪ ਹੈ ਆਈਪੀਸੀ ਸਪੈਸ਼ਲੀ ਇੰਡੀਆ ਲਈ ਬਣਾਇਆ ਗਿਆ ਸੀ ਜੀ ਜੀ TBM ਕਾਲੇ ਵਾਸ ਦਾ ਪਰਸਨ ਜਿਹੜਾ ਫਸਟ ਲਾ ਕਮਿਸ਼ਨ ਬਣਿਆ ਸੀ ਉਹਦੇ ਵਿੱਚ ਡਰਾਫਟ ਹੋਇਆ ਸੀ ਤੇ ਇੰਡੀਆ ਸਪੈਸੀਫਿਕ ਬਹੁਤ ਸਾਰੀ ਚੀਜ਼ਾਂ ਉਹਦੇ ਵਿੱਚ ਪਾਈ ਗਈ ਸੀ ਪਰ ਉਹਦੇ ਵਿੱਚ ਵੀ ਜਿਹੜੀ ਜਿਹੜਾ ਮੰਤਵ ਸੀ ਉਹ ਇਹੀ ਸੀ ਕਿ ਕਿਸ ਤਰ੍ਹਾਂ ਹਿੰਦੁਸਤਾਨ ਨੂੰ ਕੰਟਰੋਲ ਕੀਤਾ ਜਾਏ ਲਾਅ ਐਂਡ ਆਰਡਰ ਵਾਸ ਸਰਟਨਲੀ ਵਨ ਆਫ ਦਾ ਓਬਜੈਕਟਿਵਸ ਤੇ ਆਈਪੀਸੀ ਆਪਣੇ ਵਿੱਚ ਇੰਨਾ ਸਟਰੋਂਗ ਲੈਜਿਸਲੇਸ਼ਨ ਹੈ ਕਿ ਜੇ ਤੁਸੀਂ ਖਾਲੀ ਆਈਪੀਸੀ ਫੋਲੋ ਕਰੋ ਤੇ ਸਪੈਸ਼ਲ ਐਕਟ ਨਾ ਵੀ ਕਰੋ ਤਾਂ ਵੀ ਤੁਸੀਂ ਸਾਰਾ ਲਾਅ ਐਂਡ ਆਰਡਰ ਮੇਨਟੇਨ ਕਰ ਸਕਦੇ ਹੋ ਜਨਤਾ ਦੇ ਵੈਲਫੇਅਰ ਦਾ ਕੰਮ ਕਰ ਸਕਦੇ ਹੋ ਹੁਣ ਤੁਸੀਂ ਜੇ ਉਹ ਸੈਟਅਪ ਦੇਖੋ ਮਾਈਂਡਸੈਟ ਦੇਖੋ ਜਦ ਅੰਗਰੇਜ਼ ਚਲੇ ਗਏ ਉਹ ਮੋਰ ਔਰ ਲੈਸ ਉਹ ਮਾਈਂਡਸੈਟ ਉਸ ਤਰ੍ਹਾਂ ਹੀ ਰਿਹਾ ਸੈਟਅਪ ਵੀ ਉਹੀ ਰਿਹਾ ਉਹੀ ਥਾਣਿਆਂ ਦਾ ਹਾਲ ਰਿਹਾ ਉਹੀ ਮੁਨਸ਼ੀ ਉਹੀ ਉਹ ਪੂਰੇ ਦਾ ਪੂਰਾ ਸਿਸਟਮ ਹੋਰ ਤੇ ਹੋਰ ਜਿਹੜੀ ਐਫ ਆਈ ਆਰ ਲਿਖਣ ਦਾ ਸਿਸਟਮ ਹੈ ਉਹ ਵੀ ਉਹੀ ਰਿਹਾ ਉਹਦੇ 'ਚ ਭਾਸ਼ਾ ਵੀ ਉਹੀ ਹੈ ਬਿਲਕੁਲ ਭਾਸ਼ਾ ਵੀ ਉਹੀ ਹੈ ਜਿਹੜੀ ਕਿ ਅੱਜ ਦੇ ਨੌਜਵਾਨਾਂ ਨੂੰ ਨਾਲ ਉਸ ਭਾਸ਼ਾ ਨਾਲ ਵਾਕਫ ਵੀ ਨਹੀਂ ਪੁਲਿਸ ਵਾਲਾ ਹੈ ਆਮ ਪੁਲਿਸ ਵਾਲਾ ਹੈ ਉਹਦੀ ਅੱਜ ਦੀ ਐਂਟਰੀ ਲੈਵਲ ਅੱਜ ਵੀ 10ਵੀਂ ਹੈ ਜੀ ਤੇ ਕਈ ਕੇਸਿਸ 'ਚ 10ਵੀਂ ਵੀ ਨਹੀਂ ਬਿਲਕੁਲ ਤੇ ਉਹਦੀ ਅੱਜ ਵੀ ਐਂਟਰੀ ਲੈਵਲ ਦੀ ਪੋਜੀਸ਼ਨ ਕੁਆਲੀਫਿਕੇਸ਼ਨ ਬਹੁਤ ਲੋਅ ਹੈ ਉਹੀ ਜਿਹੜਾ ਛੋਟਾ ਥੱਲੋਂ ਮੁਲਾਜ਼ਮ ਚੱਲਦਾ ਹੈ ਉਹੀ ਕੁਝ ਸਾਲਾਂ ਬਾਅਦ ਜਾ ਕੇ SI ਇੰਸਪੈਕਟਰ SHO DSP ਬਣਦਾ ਤੇ ਇਸ ਤਰ੍ਹਾਂ ਦੀ ਪੂਅਰ ਕੁਆਲੀਫਿਕੇਸ਼ਨ ਨਾਲ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਉਹ ਬੰਦਾ ਸਿਰਫ ਫੀਲਡ ਵਿੱਚ ਟ੍ਰੇਨਿੰਗ ਲੈ ਕੇ ਇਸ ਕਾਬਿਲ ਬਣ ਜਾਏ ਕਿ ਉਹ ਪਬਲਿਕ ਵੈਲਫੇਅਰ ਦਾ ਕੰਮ ਕਰ ਸਕੇ ਲਾਅ ਐਂਡ ਆਰਡਰ ਦਾ ਕੰਮ ਕਰ ਸਕੇ ਉਹ ਮੈਨੂੰ ਲੱਗਦਾ ਉਹ ਸੰਭਵ ਨਹੀਂ ਹੈ ਅੱਜ ਵੀ ਅਸੀਂ ਉਹੀ ਕੰਡੀਸ਼ਨ ਰੱਖਦੇ ਨੇ ਜਿਹੜੀ ਐਂਟਰੀ ਲੈਵਲ ਦੀ ਪੁਲਿਸ ਦੀ ਤੇ ਮੈਨੂੰ ਲੱਗਦਾ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਦੂਜਾ ਸੇਮ ਕਲੋਨੀਅਲ ਸਿਸਟਮ ਇਹ ਬਹੁਤ ਵੱਡਾ ਰੀਜ਼ਨ ਹੈ ਕਿ ਪੁਲਿਸ ਜਿਹੜੀ ਹੈ ਐਫੀਸ਼ੈਂਟਲੀ ਇਫੈਕਟਿਵਲੀ ਕੰਮ ਨਹੀਂ ਕਰ ਸਕਦੀ ਜਿੱਥੇ ਤੱਕ ਰਹੀ ਮੈਨ ਪਾਵਰ ਦੀ ਗੱਲ ਮੈਨ ਪਾਵਰ ਦੀ ਪ੍ਰੋਬਲਮ ਹੈ ਵੱਡੀ ਮੈਟਰੋ ਵੇਜ ਸਟੇਟਸ ਵਿੱਚ ਪ੍ਰੋਬਲਮ ਹੈ ਚੰਡੀਗੜ੍ਹ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਚੰਡੀਗੜ੍ਹ ਜਿਹੜਾ ਪਰ ਲੈਕ ਪਾਪੂਲੇਸ਼ਨ ਪੁਲਿਸ ਦੀ ਰੇਸ਼ੋ ਹੈ ਇਜ਼ ਵਨ ਆਫ ਦਾ ਹਾਈਐਸਟ ਇਨ ਦਾ ਕੰਟਰੀ ਬਹੁਤ ਅੱਛੇ ਤੁਹਾਡੇ ਤੋਂ ਹੋਰ ਵੀ ਬਹੁਤ ਕੁਝ ਅਸੀਂ ਜਾਣਨਾ ਚਾਹਾਂਗੇ